ਸਾਰਾਗੜ੍ਹੀ ਦਿਵਸ ਦੇ ਮੌਕੇ ਤੇ ਜਲੰਧਰ ਦੇ ਪਿੰਡ ਫੁੱਲੜੀਵਾਲ ਅਤੇ ਸ਼ੰਕਰ ਵਿਖੇ ਭਾਰਤੀ ਫੌਜ ਦੀ ਪੈਂਥਰ ਡਿਵੀਜ਼ਨ ਅਤੇ ਵਜਰ ਕੌਰ ਦੀ ਅਗਵਾਈ ਹੇਠ ਸਿੱਖ ਰੈਜੀਮੈਂਟ ਵੱਲੋਂ ਇੱਕ ਵਿਲੱਖਣ ਅਤੇ ਪ੍ਰੇਰਣਾਦਾਇਕ ਰਾਸ਼ਟਰ ਨਿਰਮਾਣ ਮੁਹਿੰਮ ਚਲਾਈ ਗਈ, ਜਿਸ ਵਿੱਚ ਸੈਂਕੜੇ ਨੌਜਵਾਨਾਂ, ਉਹਨਾਂ ਦੇ ਪਰਿਵਾਰਕ ਮੈਂਬਰਾਂ, ਸਥਾਨਕ ਆਗੂਆਂ ਅਤੇ ਫੌਜ ਦੇ ਅਧਿਕਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਾਰਾਗੜ੍ਹੀ ਦਿਵਸ ਬ੍ਰਿਟਿਸ਼ ਇੰਡੀਅਨ ਆਰਮੀ ਦੀ 36ਵੀਂ ਸਿੱਖ ਰੈਜੀਮੈਂਟ ਦੇ 21 ਸਿੱਖ ਸਿਪਾਹੀਆਂ ਦੀ ਬਹਾਦਰੀ ਨੂੰ ਯਾਦ ਕਰਨ ਲਈ ਹਰ ਸਾਲ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਅਫਗਾਨ ਕਬੀਲਿਆਂ ਦੀ ਭਾਰੀ ਗਿਣਤੀ ਦੇ ਖਿਲਾਫ ਆਪਣੀ ਚੌਂਕੀ ਦੀ ਰੱਖਿਆ ਕੀਤੀ ਸੀ। ਇਹ ਲੜਾਈ ਭਾਵੇਂ ਇੱਕ ਸਦੀ ਪਹਿਲਾਂ ਲੜੀ ਗਈ ਸੀ, ਪਰ ਅਸੰਭਵ ਅਤੇ ਔਕੜਾਂ ਨਾਲ ਭਰੇ ਮਾਹੌਲ 'ਚ ਆਪਣੀ ਬਹਾਦਰੀ, ਨਿਰਸਵਾਰਥ ਅਤੇ ਲਚੀਲੇਪਣ ਦੀ ਕਹਾਣੀ ਨਾਲ ਭਾਰਤੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਆ ਰਹੀ ਹੈ। ਇਸ ਸਾਲ ਦੀ ਮੁਹਿੰਮ ਨੇ ਨੌਜਵਾਨਾਂ 'ਚ ਇਹੋ ਜਿਹੀਆਂ ਕਦਰਾਂ ਕੀਮਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਮੁਹਿੰਮ 'ਚ ਭਾਰਤੀ ਫੌਜ ਦੇ ਵੈਟਨਰਸ, ਨਸ਼ਾ ਵਿਰੋਧੀ ਕਾਰਕੁਨ ਅਤੇ ਕਮਿਊਨਿਟੀ ਆਗੂਆਂ ਦੇ ਭਾਸ਼ਣਾਂ ਦੀ ਇੱਕ ਲੜੀ ਸ਼ਾਮਲ ਹੈ। ਇਸ ਦੌਰਾਨ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ 'ਚ ਸੇਵਾ ਕਰਨ ਦਾ ਸੱਦਾ ਦੇ ਕੇ ਦੇਸ਼ ਦੀਆਂ ਸਰਹੱਦਾਂ ਅਤੇ ਅੰਦਰੂਨੀ ਸ਼ਾਂਤੀ ਦੀ ਰਾਖੀ 'ਚ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਖੇਤਰ 'ਚ ਨਸ਼ਾਖੋਰੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਨਸ਼ਾ ਵਿਰੋਧੀ ਕਾਰਕੁਨਾਂ ਦੇ ਤਜ਼ਰਬਿਆਂ 'ਤੇ ਆਧਾਰਿਤ ਇੱਕ ਮਨਮੋਹਨ ਨਾਟਕ ਅਤੇ ਕੜੜੇ ਸ਼ਬਦਾਂ ਰਾਹੀਂ ਨਸ਼ਿਆਂ ਦੀ ਅਸਲ ਹਕੀਕਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਪੇਸ਼ ਕੀਤੇ ਗਏ ਤੱਥਾਂ ਨੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਸਮਾਗਮ ਦੇ ਦੌਰਾਨ ਨਾ ਸਿਰਫ ਨੌਜਵਾਨਾਂ ਨੇ ਸਗੋਂ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਨਸ਼ਿਆਂ ਖਿਲਾਫ਼ ਲੜਾਈ 'ਚ ਸੁਚੇਤ ਰਹਿੰਦਿਆਂ ਵੱਧ ਚੜ੍ਹ ਕੇ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਫੁੱਟਬਾਲ ਮੈਚ ਅਤੇ ਰੱਸਾਕਸ਼ੀ ਵਰਗੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦਾ ਸਾਰਿਆਂ ਨੇ ਆਨੰਦ ਮਾਣਿਆ।